26 ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਿਰੀ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ। ਨਵਾਂ ਸ਼ਹਿਰ ਦੇ ਕਸਬਾ ਮੁਕੰਦਪੁਰ ਦਾ ਪੁਨੀਤ ਸ਼ਰਮਾ, ਜੋ ਕਰੀਬ ਇੱਕ ਸਾਲ ਪਹਿਲਾਂ ਕੈਨੇਡਾ ਵਿਖੇ ਰੋਜ਼ੀ ਰੋਟੀ ਕਮਾਉਣ ਵਾਸਤੇ ਆਪਣੇ ਵੱਡੇ ਭਰਾ ਸਾਹਿਲ ਸ਼ਰਮਾ ਕੋਲ ਗਿਆ ਸੀ। ਸ਼ਾਮ ਨੂੰ ਉਸਦਾ ਭਰਾ ਸਾਹਿਲ ਸ਼ਰਮਾ ਕੰਮ 'ਤੇ ਚਲਾ ਗਿਆ ਅਤੇ ਪੁਨੀਤ ਘਰ ਵਿੱਚ ਇਕੱਲਾ ਸੀ ਅਤੇ ਬਾਥਰੂਮ ਵਿੱਚ ਹੀ ਡਿੱਗ ਪਿਆ। ਜਦੋਂ ਉਸਦਾ ਵੱਡਾ ਭਰਾ ਸਾਹਿਲ ਘਰ ਵਾਪਸ ਆਇਆ ਤਾਂ ਉਸਨੇ ਘਰ ਦਾ ਗੇਟ ਖੜਕਾਇਆ, ਪਰ ਗੇਟ ਨਾ ਖੋਲ੍ਹਣ 'ਤੇ ਉਸਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ। ਫਿਰ ਦੇਖਿਆ ਕਿ ਪੁਨੀਤ ਬਾਥਰੂਮ ਵਿੱਚ ਡਿੱਗਿਆ ਪਿਆ ਸੀ। ਤੁਰੰਤ ਉਸਨੇ ਮੈਡੀਕਲ ਸਹਾਇਤਾ ਲਈ ਡਾਕਟਰਾਂ ਨੂੰ ਬੁਲਾਇਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਨੀਤ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੈਨੇਡਾ ਕੈਲਗਿਰੀ ਵਿਖੇ ਕੀਤਾ ਜਾਵੇਗਾ। ਛੱਬੀ ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਿਰੀ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ। ਨਵਾਂ ਸ਼ਹਿਰ ਦੇ ਕਸਬਾ ਮੁਕੰਦਪੁਰ ਦਾ ਪੁਨੀਤ ਸ਼ਰਮਾ, ਜੋ ਕਰੀਬ ਇੱਕ ਸਾਲ ਪਹਿਲਾਂ ਕੈਨੇਡਾ ਵਿਖੇ ਰੋਜ਼ੀ ਰੋਟੀ ਕਮਾਉਣ ਵਾਸਤੇ ਆਪਣੇ ਵੱਡੇ ਭਰਾ ਸਾਹਿਲ ਸ਼ਰਮਾ ਕੋਲ ਗਿਆ ਸੀ। ਸ਼ਾਮ ਨੂੰ ਉਸਦਾ ਭਰਾ ਸਾਹਿਲ ਸ਼ਰਮਾ ਕੰਮ 'ਤੇ ਚਲਾ ਗਿਆ ਅਤੇ ਪੁਨੀਤ ਘਰ ਵਿੱਚ ਇਕੱਲਾ ਸੀ ਅਤੇ ਬਾਥਰੂਮ ਵਿੱਚ ਹੀ ਡਿੱਗ ਪਿਆ। ਜਦੋਂ ਉਸਦਾ ਵੱਡਾ ਭਰਾ ਸਾਹਿਲ ਘਰ ਵਾਪਸ ਆਇਆ ਤਾਂ ਉਸਨੇ ਘਰ ਦਾ ਗੇਟ ਖੜਕਾਇਆ, ਪਰ ਗੇਟ ਨਾ ਖੋਲ੍ਹਣ 'ਤੇ ਉਸਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ। ਫਿਰ ਦੇਖਿਆ ਕਿ ਪੁਨੀਤ ਬਾਥਰੂਮ ਵਿੱਚ ਡਿੱਗਿਆ ਪਿਆ ਸੀ। ਤੁਰੰਤ ਉਸਨੇ ਮੈਡੀਕਲ ਸਹਾਇਤਾ ਲਈ ਡਾਕਟਰਾਂ ਨੂੰ ਬੁਲਾਇਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਨੀਤ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੈਨੇਡਾ ਕੈਲਗਿਰੀ ਵਿਖੇ ਕੀਤਾ ਜਾਵੇਗਾ।